ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ 153 ਕਿਲੋ ਨਕਲੀ ਘਿਓ ਬਰਾਮਦ ਕੀਤਾ ਗਿਆ। ਦਰਅਸਲ ਤਿਉਹਾਰਾਂ ਦੇ ਚਲਦਿਆਂ ਜਗ੍ਹਾ ਜਗ੍ਹਾ ਦੇ ਉੱਤੇ ਸਿਹਤ ਵਿਭਾਗ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਸਿਹਤ ਵਿਭਾਗ ਦੇ ਵੱਲੋਂ ਨਕਲੀ ਕੰਪਨੀਆਂ ਨੂੰ ਸੀਲ ਕੀਤਾ ਜਾ ਰਿਹਾ। ਹੁਣ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਤਿਉਹਾਰਾਂ ਦਾ ਮੌਸਮ ਚੱਲ ਰਿਹਾ ਅਤੇ ਇਸ 'ਚ ਮੌਕੇ 'ਤੇ ਆ ਕੇ ਸਾਡੇ ਵੱਲੋਂ ਐਕਸਟਰਾ ਐਫਰਟਸ ਵੀ ਕੀਤੇ ਜਾਂਦੇ ਆ। ਅਦਰਵਾਈਜ਼ ਰੂਟੀਨ 'ਚ ਵੀ ਸਾਡੀਆਂ ਟੀਮਾਂ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਹਰ ਟਾਈਮ ਟੂ ਟਾਈਮ ਚੈੱਕ ਕਰਦੀਆਂ ਰਹਿੰਦੀਆਂ। ਹੁਣ ਤਿਉਹਾਰ ਦੇ ਮੌਸਮ ਦੇ ਵਿੱਚ ਸਾਨੂੰ ਕੱਲ੍ਹ ਇੱਕ ਗੁਪਤ ਸੂਚਨਾ ਮਿਲੀ ਕਿ ਇੱਥੇ ਪਿੰਡ ਦੇ ਵਿੱਚ ਕੋਈ ਨਕਲੀ ਘਿਓ ਯੂਜ ਕੀਤਾ ਜਾ ਰਿਹਾ ਔਰ ਵੇਚਿਆ ਜਾ ਰਿਹਾ ਹੈਗਾ। ਉਸ ਸੰਬੰਧੀ ਸਾਡੇ ਵੱਲੋਂ ਸਾਡੀ ਟੀਮ ਨੇ ਜਾ ਕੇ ਉਹਨੂੰ ਮੌਕੇ 'ਤੇ ਚੈੱਕ ਕੀਤਾ ਅਤੇ ਔਰ ਉੱਥੋਂ ਸਾਨੂੰ ਤਕਰੀਬਨ 1 ਕੁਇੰਟਲ 53 ਕਿਲੋ ਘਿਓ ਜੋ ਕਿ 2 ਬ੍ਰਾਂਡਸ ਦਾ ਸੀਗਾ ਸੈਪਰੇਟ, ਉਹ ਸਾਨੂੰ ਉੱਥੋਂ ਬਰਾਮਦ ਕੀਤਾ ਮੌਕੇ ਤੋਂ। ਉੱਥੇ ਵਿਸ਼ਾਲ ਕਰਿਆਨਾ ਸਟੋਰ ਹੈਗਾ, ਉਹ ਉੱਥੇ ਕੰਮ ਕਰ ਰਿਹਾ ਸੀ। ਉਹਦਾ ਮਾਲਕ ਜੋ ਵਿਸ਼ਾਲ ਹੈਗਾ ਉਹ ਮੌਕੇ 'ਤੇ ਉੱਥੇ ਹਾਜ਼ਰ ਸੀਗਾ ਅਤੇ ਉਹਦੀ ਹਾਜ਼ਰੀ ਦੇ ਵਿੱਚ ਅਸੀਂ ਸਾਰਾ ਘਿਓ ਉੱਥੋਂ ਬਰਾਮਦ ਕੀਤਾ ਹੈਗਾ। ਇਹ ਪਿੰਡ ਗਿਲਜੇ ਵਾਲਾ ਲਖਮੀ ਰਿਆਣਾ ਜ਼ਿਲ੍ਹਾ ਮੁਕਤਸਰ ਦਾ ਆਪਣਾ ਹੈਗਾ। ਇਹ ਘਿਓ ਜੋ ਇਹਨੇ ਸਪਲਾਈ ਹੋਇਆ ਸੀਗਾ, ਕਹਿੰਦਾ ਮੈਂ ਤਾਂ ਜੀਂਦ ਹਰਿਆਣਾ ਤੋਂ ਸਾਨੂੰ ਸਪਲਾਈ ਹੁੰਦਾ ਹੈਗਾ ਔਰ ਉੱਥੋਂ ਅਸੀਂ ਮੰਗਵਾਇਆ ਸੀ, ਪਰ ਇਹਦੇ ਕੋਲ ਕੋਈ ਵੀ ਇਸ ਦਾ ਬਿੱਲ ਜਾਂ ਹੋਰ ਕਿਸੇ ਤਰ੍ਹਾਂ ਦਾ ਡਾਕੂਮੈਂਟਸ ਨਹੀਂ ਸੀ ਕਿ ਇਹਨੇ ਕਿੱਥੋਂ ਪ੍ਰਾਪਤ ਕੀਤਾ ਹੈਗਾ। ਪਰ ਜੇ ਆਪਾਂ ਡੱਬੇ ਦੇ ਉੱਪਰ ਦੇਖਦੇ ਹਾਂ ਤਾਂ ਉਹਦੇ ਉੱਤੇ ਜੀਂਦ ਹਰਿਆਣੇ ਦਾ ਐਡਰੈਸ ਲਿਖਿਆ ਹੋਇਆ ਹੈਗਾ। ਦੁਕਾਨ ਤਾਂ ਇਹ ਕਾਫ਼ੀ ਟਾਈਮ ਤੋਂ ਚਲਾ ਰਿਹਾ, ਪਰ ਸਾਡੇ ਕੋਲ ਇਨਫੋਰਮੇਸ਼ਨ ਜੋ ਨਕਲੀ ਘਿਓ ਵੇਚਣ ਦੀ ਆਈ ਉਹ ਕੱਲ੍ਹ ਹੀ ਪ੍ਰਾਪਤ ਹੋਈ ਸੀ। ਅਸੀਂ ਨਾਲ ਦੀ ਨਾਲ ਕਾਰਵਾਈ ਕਰਕੇ ਇਹ ਘਿਓ ਸਾਰਾ ਸੀਲ ਕਰ ਲਿਆ ਹੈਗਾ। ਸ੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਢੁੱਡੀ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।